ਬੋਲ ਅਜੀ ਸੁੱਖੀ ਨੇ ਮੈਨੂੰ ਇਹ ਕਿਹਾ ਸੀਗਾ, ਸੁੱਖੀ ਤੱਕ ਤੁਸੀਂ ਸੀਗੇ, ਸੁੱਖੀ ਤੇ ਮੈਨੂੰ ਇਹ ਕਿਹਾ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ, ਜੋ ਜਾਨ ਬਚਾਏਗਾ ਆਪਣੀ ਬਚਾਏਗਾ, ਜੋ ਜਾਨ ਬਚਾਏਗਾ ਤੁਹਾਡੇ ਤੋਂ ਮੈਂ ਆਪਣੀ ਬਚਾਏਗਾ। ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁੱਖੀ ਨੇ? ਆਹੋ। ਕਿੰਨੇ ਪੈਸੇ ਕੀਤੇ ਸੁੱਖੀ ਨਾਲ? 2-3 ਹਜ਼ਾਰ ਰੁਪਇਆ ਸੀਗਾ। 2-3 ਹਜ਼ਾਰ? 2-3 ਹਜ਼ਾਰ। ਤੇ ਕੀ ਕਰਨਾ, ਕੀ ਕਿਹਾ ਸੀ ਸੁੱਖੀ ਨੇ, ਕੀ ਕਰਨਾ ਉੱਥੇ ਜਾ ਕੇ? ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਪੁੱਠਾ ਸਿੱਧਾ ਕਰਨ ਨੂੰ ਕਿਹਾ ਸੀਗਾ, ਲੇਕਿਨ ਕੀਤਾ ਨੀ ਭਾਜੀ ਮੈਂ। ਇਹ ਹੈ, ਮੈਂ ਇਮਾਨਦਾਰ ਆ, ਮਿਹਨਤੀ ਆ, ਬਸ ਇਹ ਸੀਗਾ, ਮੈਂ ਕੀਤਾ ਨੀ। ਸੁੱਖੀ ਨੇ ਕਿਹਾ ਉੱਥੇ ਜਾ ਕੇ ਪੰਗੇ ਲੈਣੇ ਆ? ਪੰਗੇ ਲੈਣੇ ਆ ਬਾਣੀ ਨਾਲ? ਆਹੋ। ਨੀ ਬਾਣੀ ਨਾਲ ਕੀ ਉਹ ਭਾਜੀ ਸਾਨੂੰ ਪੜ੍ਹਨਾ ਆ? ਆਹੋ, ਪੜ੍ਹਨ ਵਾਸਤੇ ਗਿਆ ਸੀ ਕੀ? ਆਹੋ, ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨੀ ਸਕਦੇ ਕੀ ਕੀ ਕਿਹਾ ਸੀਗਾ। ਦੱਸ ਫਿਰ ਸਾਨੂੰ ਦੱਸ ਤਾਂ ਦੇ ਨਾ। ਉਲਟਾ ਸਿੱਧਾ ਲਿਖਣ ਨੂੰ ਵੀ ਕਿਹਾ ਸੀਗਾ। ਕੀ ਲਿਖਣਾ ਸੀ ਤੁਹਾਨੂੰ ਪਤਾ ਹੈ, ਉਹੀ ਗਾਲਾਂ ਔਰ ਉੱਤੋਂ ਦੀ ਇਹ ਸਭ ਚੀਜ਼ਾਂ ਕਰਨ ਨੂੰ ਕਿਹਾ ਸੀਗਾ। ਮੈਂ ਕੀਤਾ ਨੀ ਭਾਜੀ, ਬੇਗੁਨਾਹ ਸੀਗਾ, ਬਸ ਇਹ ਹੈ।